ਮੰਡੀ ਦੇ ਇਲਾਕੇ ਦੇ ਵਿੱਚ ਆ। ਇਸ ਟਾਈਮ ਵੀ ਜਿਹੜੀ ਹੈਗੀ ਅੱਗ ਲੱਗ ਗਈ ਪਈ ਹੈ। ਇੱਕ ਜਿਹੜਾ ਪਲਾਸਟਿਕ ਦਾ ਉਰੇ ਗੋਦਾਮ ਸੀਗਾ ਸਾਡੇ ਐਸ ਕੇ ਦੇਵ ਇਹਨਾਂ ਦੇ ਪਰਿਵਾਰ ਦਾ, ਤਾਂ ਅੱਜ ਸਭ ਪਟਿਆਲੇ ਦੇ ਲੋਕਾਂ ਦੇ ਨਾਲ ਮੈਂ ਇੱਕੋ ਹੀ ਗੱਲ ਦੀ ਬੇਨਤੀ ਕਰਦਾ ਹਾਂ ਕਿ ਜਿਹੜਾ ਇਹ ਤਿਉਹਾਰ ਹੈ ਜਿੱਥੇ ਅਸੀਂ ਸ਼ਰਧਾ ਦੇ ਨਾਲ ਮਨਾਉਣਾ ਹੈ, ਜਿੱਥੇ ਹਰੇਕ ਵਿਅਕਤੀ ਦੀ ਜ਼ਰੂਰਤ ਹੈ, ਜਿਹੜੀ ਕੋਈ ਵੀ ਅਸੀਂ ਸਮਾਨ ਵੇਚ ਰਹੇ ਹਾਂ ਕੋਈ ਸੜਕਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਪਲਾਸਟਿਕ ਦਾ, ਮਠਿਆਈਆਂ, ਕੋਈ ਪਟਾਕੇ, ਕੋਈ ਲੜੀਆਂ ਦਾ ਕੰਮ ਕਰ ਰਿਹਾ, ਉਹਦੇ ਨਾਲ ਨਾਲ ਮੇਰੀ ਬੇਨਤੀ ਇਹ ਵੀ ਰਹੇਗੀ ਕਿ ਫਾਇਰ ਬ੍ਰਿਗੇਡ ਦੀ ਗੱਡੀਆਂ ਨੂੰ ਪਹੁੰਚਣ ਦੇ ਵਾਸਤੇ ਜਗ੍ਹਾ ਬਣਾ ਕੇ ਰੱਖੀਏ। ਜਿੰਨਾ ਹੋ ਸਕੇ ਅਸੀਂ ਆਪਣੀਆਂ ਦੁਕਾਨਾਂ ਬਾਹਰ ਘੱਟ ਲਗਾਈਏ ਤਾਂ ਕਿ ਕਿਸੇ ਇਹੋ ਜਿਹੀ ਆਪਾਤਕਾਲੀਨ ਸਥਿਤੀ ਦੇ ਵਿੱਚ ਜਿਹੜਾ ਹੈਗਾ ਅੱਗ 'ਤੇ ਕਾਬੂ ਪਾਇਆ ਜਾ ਸਕੇ। ਰਾਤ 3 ਵਜੇ ਅੱਗ ਲੱਗੀ ਸੀਗੀ, 3 ਵਜੇ ਜਿਹੜੇ ਸਾਡੇ 4 ਫਾਇਰ ਟੈਂਡਰ ਉਰੇ ਆ ਗਏ, ਬਹੁਤ ਮਿਹਨਤ ਦੇ ਨਾਲ ਬੜੇ ਜ਼ੋਰ ਲਗਾਉਣ ਦੇ ਬਾਵਜੂਦ ਵੀ ਜਿਹੜਾ ਹੈਗਾ ਕਰੋੜਾਂ ਰੁਪਏ ਦਾ ਜਿਹੜਾ ਹੈਗਾ ਇਹ ਨੁਕਸਾਨ ਹੋਇਆ। ਇਸ ਦੇ ਵਿੱਚ ਜੋ ਇਹ ਫਾਇਰ ਬ੍ਰਿਗੇਡ ਉਰੇ ਪਹੁੰਚ ਸਕੀ ਤਾਂ ਕਰਕੇ ਜਿਹੜੇ ਬਾਕੀ ਦੇ 4 ਗੋਦਾਮ ਅਸੀਂ ਬਚਾ ਸਕੀਏ। ਜੇ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਕੋਈ ਇਨਕਰੋਚਮੈਂਟ ਜਿਹੜੀ ਮਤਲਬ ਕਿ ਟੈਂਪਰੇਰੀ ਇਨਕਰੋਚਮੈਂਟ ਜਿਹੜੀ ਅਸੀਂ ਬਾਹਰ ਲਗਾ ਰਹੇ ਹਾਂ ਦੁਕਾਨਾਂ ਇਸੇ ਤਰੀਕੇ ਨਾਲ ਲਗਾਈਆਂ, ਤਾਂ ਜੇ ਕੋਈ ਸਥਿਤੀ ਗੰਭੀਰ ਹੋਈ ਕਿਤੇ ਹੋਈ ਤਾਂ ਫਾਇਰ ਬ੍ਰਿਗੇਡ ਦੀ ਗੱਡੀਆਂ ਪਹੁੰਚਣੀਆਂ ਵੀ ਅਸੰਭਵ ਹੋ ਜਾਣਗੀਆਂ। ਇਸ ਚੀਜ਼ ਦੀ ਮੈਂ ਲੋਕਾਂ ਤੋਂ, ਸ਼ਹਿਰ ਵਾਸੀਆਂ ਤੋਂ ਆਸ ਕਰਦਾ ਹਾਂ ਕਿ ਉਹ ਸਾਡਾ ਇਸ ਦੇ ਵਿੱਚ ਸਾਥ ਦੇਣਗੇ। ਐਕਚੁਲੀ ਮੈਂ ਫਾਇਰ ਆਫਿਸਰ ਰਜਿੰਦਰ ਕੁਮਾਰ, ਮੇਰੇ ਨਾਲ ADFO ਸਾਹਿਬ ਖੜੇ ਹਾਂ। ਸਾਨੂੰ ਅਪਰੋਕਸੀਮੇਟ 3:30 ਵਜੇ ਸੂਚਨਾ ਮਿਲੀ ਕਿ ਲੱਕੜ ਮੰਡੀ ਵੇਖੇ ਅੱਗ ਲੱਗੀ ਹੈ, ਤਾਂ ਮੌਕੇ 'ਤੇ ਅਸੀਂ ਸਾਰੀਆਂ ਗੱਡੀਆਂ ਆਪਣੀਆਂ ਫਾਇਰ ਟੈਂਡਰ ਮੂਵ ਕਰਤੇ, ਫੋਕਲ ਪੁਆਇੰਟ ਤੋਂ ਵੀ ਜੇ ਅੱਗ ਵਧਣ ਕਰਕੇ ਫੋਕਲ ਪੁਆਇੰਟ ਤੋਂ ਵੀ ਗੱਡੀਆਂ ਬੁਲਾ ਲਈਆਂ। ਰਾਤ ਹੋਣ ਕਾਰਨ ਸਾਨੂੰ ਕੋਈ ਵੀ ਜ਼ਿਆਦਾ ਟ੍ਰੈਫਿਕ ਦੀ ਦਿੱਕਤ ਨਹੀਂ ਆਈ, ਪਰ ਹੁਣ ਸਵੇਰੇ ਆ ਰਹੀ ਹੈ ਸਾਨੂੰ ਟ੍ਰੈਫਿਕ ਦੀ, ਤਿਉਹਾਰਾਂ ਦੇ ਬੰਦੇ ਨੂੰ ਭੀੜ ਹੋਣ ਕਾਰਨ ਅਤੇ ਟ੍ਰੈਫਿਕ ਸਰ ਅਪਰੋਕਸੀਮੇਟਲੀ ਸਾਡੀਆਂ 18 ਤੋਂ 20 ਗੱਡੀਆਂ ਸਿਸਟਮ ਤੱਕ ਲੱਗ ਚੁੱਕੀਆਂ ਸਾਡੀਆਂ। ਸਰ 3 ਗੋਦਾਮ ਸੀਗੇ, ਕੋਈ PK ਪਲਾਸਟਿਕ ਵਾਲੇ ਆ, PK ਇੰਡਸਟਰੀ ਪਲਾਸਟਿਕ ਵਾਲੇ ਆ, ਪਲਾਸਟਿਕ ਦਾ ਦਾਣਾ, ਤਾਂ ਉਹਨਾਂ ਦਾ ਗੋਦਾਮ ਸੀਗਾ ਜਿਹੜਾ ਸਕ੍ਰੈਪ ਮਟੀਰੀਅਲ ਹੁੰਦਾ ਪੁਰਾਣਾ, ਉਸ ਤੋਂ ਰਾ ਮਟੀਰੀਅਲ ਬਣਾਉਂਦੇ ਸੀ, ਤਾਂ ਉਹਨੂੰ ਸਪਾਰਕਿੰਗ ਨਾਲ ਅੱਗ ਲੱਗੀ ਜਾਂ ਕੋਈ ਆਤਿਸ਼ਬਾਜ਼ੀ ਨਾਲ ਲੱਗੀ ਹੈ, ਬਾਅਦ 'ਚੋਂ ਤਹਿਕੀਕਾਤ ਕਰਾਂਗੇ ਅਸੀਂ, ਹਾਲੇ ਅੱਗ ਕੰਟਰੋਲ ਕਰ ਰਹੇ ਹਾਂ, ਅੱਗ ਕੰਟਰੋਲ ਕਰਨ ਤੋਂ ਬਾਅਦ ਪਤਾ ਲੱਗੇ। ਇਸ ਟਾਈਮ 4 ਗੱਡੀਆਂ ਸਾਡੇ ਕੋਲ ਮੌਜੂਦ ਨੇ, 4 ਗੱਡੀਆਂ ਦੇ ਤੋਂ ਇਲਾਵਾ ਜੇ ਸਾਨੂੰ ਹੋਰ ਕਿਤੇ ਲੋੜ ਪੈਂਦੀ ਹੈ ਤਾਂ ਨਾਭਾ, ਸਮਾਣਾ ਔਰ ਰਾਜਪੁਰਾ ਤੋਂ ਅਸੀਂ ਗੱਡੀਆਂ ਮੰਗਵਾ ਸਕਦੇ ਹਾਂ, ਪਰ ਸਾਨੂੰ ਇਸ ਟਾਈਮ ਜ਼ਰੂਰਤ ਮਹਿਸੂਸ ਨਹੀਂ ਹੋ। ਹੁਣ ਤੱਕ ਕਿੰਨੀਆਂ ਲੱਗ ਚੁੱਕੀਆਂ ਨੇ? ਇਸ ਟਾਈਮ ਤੱਕ 18 ਤੋਂ 20 ਗੱਡੀਆਂ ਸਾਡੀਆਂ ਪਾਣੀ ਦੀਆਂ ਲੱਗ ਚੁੱਕੀਆਂ ਨੇ। PK ਟ੍ਰੇਨਿੰਗ ਕੰਪਨੀ ਸਾਡੀ ਇਲਾਕਾ ਮੰਡੀ ਦਾ ਪਲਾਸਟਿਕ ਸੰਗਰਾਮ ਦਾ ਕੰਮ ਹੈ। ਰਾਤ ਨੂੰ 1:30 ਵਜੇ ਮੈਨੂੰ ਫੋਨ ਆਇਆ ਵੀ ਤੁਹਾਡੇ ਗੋਦਾਮ ਦੇ ਵਿੱਚ ਅੱਗ ਲੱਗ ਗਈ। ਸਾਡਾ ਮਤਲਬ ਟ੍ਰੇਡਿੰਗ ਦਾ ਹੀ ਕੰਮ ਹੈ, ਟੋਟਲ ਸਾਡਾ ਪਲਾਸਟਿਕ ਸੰਗਰਾਮ ਦਾ ਕੰਮ ਹੈ। ਕਾਰਨ ਕੁਛ ਪਤਾ ਨਹੀਂ ਲੱਗਿਆ ਵੀ ਕਿਉਂ ਅੱਗ ਲੱਗੀ ਹੈ, ਕਿਆ ਹੋਇਆ, ਨੁਕਸਾਨ ਬਹੁਤ ਜ਼ਿਆਦਾ ਹੋਇਆ। ਕਿੰਨਾ ਕੁ ਗੋਦਾਮ ਸੀ, ਕਿੰਨਾ ਵੱਡਾ, ਕਿੰਨੇ 4 ਗੋਦਾਮ ਹੈ ਮੇਰੇ? ਅੱਛਾ ਜੀ, 4 ਗੋਦਾਮ ਖਤਮ ਹੋ ਗਏ। ਕਿੰਨਾ ਕੁ ਮਾਲ ਅੰਦਾਜ਼ਾ, ਕਿੰਨਾ ਕੁ ਨੁਕਸਾਨ ਜਿਹੜਾ ਹੋ ਗਿਆ? ਮਾਲ ਪਿਆ, ਕੋਈ ਆਈਡੀਆ ਨਹੀਂ। ਬਹੁਤ ਨੁਕਸਾਨ। ਕਿੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੇ ਹੁਣ ਤੱਕ ਆ ਚੁੱਕੀਆਂ ਨੇ, ਕੀ ਕਾਬੂ ਕਰ? 16 ਤੇ ਹੁਣ ਕਾਬੂ ਕਰਨ ਪਾ ਰਹੇ? ਕਾਬੂ ਹੋ ਪਾ ਰਹੇ, ਫਾਇਰ ਬ੍ਰਿਗੇਡ ਸਾਥ ਤਾਂ ਪੂਰਾ ਦੇ ਰਹੀ ਹੈ, ਪੂਰਾ ਕਰ ਰਹੇ ਕੰਮ। ਹੁਣ ਕਿੰਨੀਆਂ ਚੀਜ਼ਾਂ ਦਾ ਨੁਕਸਾਨ ਆ, ਇਹ ਹੋਰ ਗੋਦਾਮ ਵੀ ਹੈਗੇ ਤੁਹਾਡੇ? ਬਹੁਤ ਨੁਕਸਾਨ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।